ਕਰਨਾ ਇਹਨੀ ਗੱਲ ਜ਼ਰੂਰ ਕਰਾਂਗਾ ਸਾਥੀਓ ਜਿਹੜੀ ਮੈਂ ਤਰੀਕ ਕਰਨ ਆਪਣੇ ਮੋਲੀਆਂ ਨੂੰ ਪੁੱਛਿਆ ਕਿ ਫਿਦਾ ਹੁਸੈਨ ਸ਼ਾਹ ਨੇ ਮਸਲਾ ਬਿਆਨ ਕੀਤਾ ਕਿਆ ਇਹ ਸੱਚ ਹੈ ਜਾਂ ਝੂਠ ਹੈ ਜੇ ਤੇ ਹੋਵੇ ਝੂਠ ਤੇ ਮੇਰੀ ਗੱਲ ਨਾ ਮੰਨੀ ਜੇ ਵੀ ਓਲਿਆ ਮਗੋਲਿਆ ਕਰ ਛੱਡਣਾ ਤੇ ਬਰਾਦਰੀ ਕੁਲਬਾ ਕਬੀਲਾ ਵੇਖ ਕੇ ਕੀਤਾ ਨਾ ਬਦਰੀ ਕਬਰ ਚ ਕੱਲਿਆ ਹੋਣਾ ਹੀ ਦੋ ਗੱਲਾਂ ਮੈਂ ਕੀਤੀਆਂ ਨੇ ਜਿਹਨੂੰ ਸਮਝ ਆਈ ਹੈ ਸੁਭਾਨ ਅੱਲਾਹ ਸਾਡੇ ਚੰਗੇ ਇਹਨੇ ਇੰਨਾ ਕੁ ਜ਼ਿਕਰ ਕੀਤਾ ਹੁਣ ਨਾ ਵੀ ਕਰਨ ਤੋਂ ਸਾਡੀ ਤਵਜੋ ਹੈ ਸਾਰਿਆਂ ਸ਼ਹੀਦਾਂ ਦੇ ਉਹ ਸਾਦੀਆਂ ਚੁਣੇ ਉਹ ਤਾਬੀਆਂ ਚੁਣੇ ਉਹ ਤਬਾ ਤਾਬੇਈਨ ਚੁਣੇ ਉਹ ਸ਼ਹਾਦਾਏ ਫਤਿਹ ਨੇ ਉਹ ਸ਼ਹਾਦਾਏ ਉਹਦ ਨੇ ਉਹ ਸ਼ਹਾਦਾਏ ਖੰਦਕ ਨੇ ਕਿੱਥੇ ਦੀ ਸ਼ਹੀਦ ਹੁਣ ਤੱਕ ਉਹ ਤੇ ਬੜੀਆਂ ਸ਼ਾਨਾਂ ਵਾਲੇ ਸ਼ਹੀਦ ਨੇ ਨਾ ਅਸੀਂ ਸਾਰਿਆਂ ਸ਼ਹੀਦਾਂ ਨੂੰ ਮੰਨਿਆ ਬਲਕਿ ਅਸੀਂ ਆਹ ਸੁਣਿਆ ਤੋਂ ਵਾ ਜਿਹੜੇ ਨਬੀ ਦੀ ਹਰ ਨਿਸਬਤ ਦਾ ਤਵਜੋ ਹਰ ਨਿਸਬਤ ਦਾ ਇਹਤਰਾਮ ਵੀ ਕਰਨੇ ਆ ਤੇ ਹਿਆ ਵੀ ਕਰਨੇ ਸੁਣ ਲਓ ਜੀ ਅਸੀਂ ਉਹ ਅਹਿਲੇ ਸੁਨਨਤ ਵਾ ਜਮਾਤ ਹਾਂ ਜਿਨ੍ਹਾਂ ਦਾ ਮਰਕਜ਼ ਮਦੀਨਾ ਸ਼ਰੀਫ ਹੈ ਸਾਡੇ ਇਮਾਨ ਦਾ ਮਰਕਜ਼ ਸਾਡੀ ਮੁਹੱਬਤ ਦਾ ਮਰਕਜ਼ ਸਾਡੇ ਇਸ਼ਕ ਦਾ ਮਰਕਜ਼ ਹਜ਼ੂਰ ਦੀ ਜ਼ਾਤ ਹੈ ਅਸੀਂ ਜਦੋਂ ਮੰਨਦੇ ਹਾਂ ਮੇਰੇ ਦੀ ਨਿਸਬਤ ਹਜ਼ੂਰ ਨਾਲ ਹੈ ਵਾਲਦੈਨ ਕਿਹਦੇ ਨੇ ਹਜ਼ੂਰ ਦੇ ਅਸਾਬ ਕਿਹਦੇ ਨੇ ਹਜ਼ੂਰ ਦੇ ਅਜ਼ਵਾਜ ਕਿਹਦੀਆਂ ਨੇ ਹਜ਼ੂਰ ਦੀਆਂ ਔਲਾਦ ਕਿਹਦੀ ਹੈ ਹਜ਼ੂਰ ਦੀ ਅਸੀਂ ਉਹ ਬਾ ਹਿਆ ਲੋਕ ਹਾਂ ਇੰਨਾ ਹਿਆ ਕਰਨੇ ਆ ਨੌਕਰਾਂ ਹਜ਼ੂਰ ਦੇ ਹਰ ਨਿਸਬਤ ਦਾ ਹਿਆ ਕਰਨੇ ਆ ਜਿਹੜੇ ਅਹਿਲੇ ਸੁਨਨਤ ਨੇ ਨਾ ਉਹਨਾਂ ਦੀ ਮੇਨ ਨਿਸ਼ਾਨੀ ਹੋਵੇਗੀ ਉਹ ਬੇਹਿਆ ਨਹੀਂ ਹੋਵੇਗਾ ਸੁਭਾਨ ਅੱਲਾਹ ਸਾਰੇ ਸਾਹਿਬਾਂ ਦਾ ਹਿਆ ਕਰੇਗਾ ਮੈਨੂੰ ਸਬਜ਼ੀ ਨੂੰ ਵੀ ਕੱਦੂ ਨਹੀਂ ਕਹਿਣਾ ਕੱਦੂ ਸ਼ਰੀਫ ਕਹਿਣਾ ਜਿਵੇਂ ਹਜ਼ੂਰ ਬਹੁਤ ਕੁਛ ਕਹਿ ਰਹਾ ਹੂੰ ਅਗਰ ਆਪ ਜੀ ਆਖੋ ਫਿਰ ਸਾਰੇ ਸ਼ਹੀਦ ਸ਼ਾਨ ਵਾਲੇ ਜ਼ਿਆਦਾਰੀ ਮੈਂ ਚਾਰ ਸ਼ਹੀਦਾਂ ਦਾ ਨਾਮ ਉਹਦੀ ਵਜ੍ਹਾ ਮੈਂ ਪਹਿਲੇ ਗੱਲ ਕਰ ਚੁੱਕਿਆ ਅਸੀਂ ਹਰ ਨਿਸਬਤ ਦਾ ਜ਼ਿਕਰ ਵੀ ਕਰਨੇ ਆ ਇਹਤਰਾਮ ਵੀ ਕਰਨੇ ਮੇਰੇ ਤੁਹਾਡੇ ਕੋਲੋਂ ਜਲਸੇ ਬੰਦੇ ਆਉਂਦੇ ਵੀ ਜਾਂਦੇ ਵੀ ਨਹੀਂ ਬੜਾ ਦੁੱਖ ਹੁੰਦਾ ਮੇਰਾ ਵੇਖੋ ਇੱਕ ਦੀ ਯਕਮ ਮੁਹਰਮ ਸ਼ਹਾਦਤ ਹੈ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ
ਇੱਕ ਦੀ 18 ਗੁਲਾਚੇ ਇੱਕ ਦੀ 21 ਰਮਜ਼ਾਨ ਹੈ ਇੱਕ ਦੀ 10 ਮੁਹਰਮ ਹੈ ਬਕਰ ਸਦੀਕ ਦੋ ਸ਼ਹੀਦ ਹੋ ਜਿਹੜਾ ਸ਼ਹੀਦ ਹੋ ਜਿਹੜਾ
ਕਸਬਾ ਕਬੀਲਾ ਬਰਾਦਰੀ ਫਿਰਕਾ ਜਮਾਤ ਗਰੋਹ ਨਹੀਂ ਕਰ ਰਿਹਾ। ਹਜ਼ੂਰ ਨੇ ਫਰਮਾਇਆ ਉਮਰ ਸ਼ਹੀਦ ਹੈ, ਇਹ ਉਸਮਾਨ ਸ਼ਹੀਦ ਹੈ, ਅਲੀ ਸ਼ਹੀਦ ਹੈ, ਹੁਸੈਨ ਸ਼ਹੀਦ ਹੈ। ਇਹ ਹੁਣ ਮੁਸਲਮਾਨ ਨੂੰ ਮੰਨਣਾ ਪੈਣਾ ਹੈ, ਮੂਮਨ ਨੂੰ ਮੰਨਣਾ ਪੈਣਾ ਹੈ। ਉਮਰ ਹੱਕ ਹੈ। ਤੁਸੀਂ ਬੋਲਣਾ ਪਤਾ ਕਿਵੇਂ ਨੇ? ਮੈਂ ਕਹਿੰਦਾ ਉਮਰ ਤੁਸੀਂ ਤਿੰਨ ਵਾਰੀ ਕਹਿਣਾ ਹੱਕ ਹੈ, ਹੱਕ ਹੈ, ਹੱਕ ਹੈ। ਕਿਵੇਂ ਤਿੰਨ ਤਿੰਨ ਵਾਰੀ ਹੱਕ ਨੂੰ ਕਿਆ ਕਹਿਣਾ ਜੇ? ਬੁੱਢੇ ਬਿਮਾਰ ਬੰਦੇ ਨੂੰ ਕਹਿਣਾ ਨਹੀਂ ਪਿਆ ਕਿ ਜਵਾਨੋ ਅੱਜ ਜ਼ੋਰ ਲਾ ਦਿਓ, ਜ਼ੋਰ ਲਾ ਦਿਓ। ਉਮਰ ਨਹੀਂ ਮਜ਼ਾ ਨਹੀਂ ਆਇਆ ਥੱਕੇ ਨੂੰ ਸਾਰੇ ਆਖੋ ਉਮਰ ਸਮਝ ਆ ਰਹੀ ਹੈ? ਹਾਂ ਚੁੱਕ ਕੇ ਬੋਲੋ, ਮੈਨੂੰ ਪਤਾ ਲੱਗੇ ਸੁਣ ਲਓ। ਅੱਲਾਹ ਦੀ ਇੱਜ਼ਤ ਦੀ ਕਸਮ, ਤੁਹਾਨੂੰ ਸੱਚੀਆਂ ਗੱਲਾਂ। ਕੋਈ ਤਰੀਕ ਨਹੀਂ, ਕੋਈ ਰਾਈਟਰ ਤੇ ਮੋਰਖ ਨਹੀਂ ਬਿਆਨ ਕਰ ਰਿਹਾ, ਕਿਉਂਕਿ ਤਰੀਕ ਮੇਰਾ ਮਦਦ ਹੈ। ਸਭ ਤੋਂ ਕਮਲ ਪੁਣਾ ਇਹ ਤਰੀਕਾਂ ਦੀ ਤਰੀਕ ਜਦ ਤਰੀਕ ਕੋਈ ਦਲੀਲ ਹੈ? ਤਰੀਕ ਤੇ ਪੁੱਤੋ ਦੇ ਖਿਲਾਫ ਹੀ ਹੈ, ਮੈਚ ਵੀ ਹੈ। ਤਰੀਕ ਤੇ ਜ਼ਿਆਦਾ ਕੀ ਮੈਚ ਵੀ ਕਰਦੀ ਹੈ, ਮੁਖਾਲਫ ਵੀ ਕਰਦੀ ਹੈ। ਤਰੀਕ ਤੇ ਅਯੂਬ ਦੀ ਮੁਖਾਲਫ ਵੀ ਕਰਦੀ ਹੈ, ਮੈਚ ਵੀ ਕਰਦੀ ਹੈ। ਤਰੀਕ ਤੇ ਨਵਾਜ਼ ਦੀ ਮੁਖਾਲਫ ਵੀ ਕਰੇਗੀ, ਮੈਚ ਵੀ ਕਰੇਗੀ। ਤਰੀਕ ਇਮਰਾਨ ਖਾਨ ਦੀ ਮੁਖਾਲਫ ਵੀ ਕਰੇਗੀ, ਮੈਚ ਵੀ ਕਰੇਗੀ। ਤਰੀਕ ਜਿਹੜੀ ਹੈ ਨਾ, ਤਰੀਕ ਉਮਰ ਸ਼ਰਫ ਦੀ ਮੁਖਾਲਫ ਵੀ ਕਰਦੀ ਹੈ, ਹਮਾਇਤ ਵੀ ਕਰਦੀ ਹੈ। ਤਰੀਕ ਮਜ਼ਹਬ ਨਹੀਂ। ਮੇਰੇ ਬਜ਼ੁਰਗੋ, ਦੋਸਤੋ, ਅਜ਼ੀਜ਼ੋ, ਫੇਲੀਓ, ਇਹਨਾਂ ਮਸ਼ਾਇਖ ਉਲਮਾ ਤੇ ਹਜ਼ਰਤ ਸਾਹਿਬ ਦੀ ਮੌਜੂਦਗੀ ਤੋਂ ਸੱਚੀ ਗੱਲ ਸੁਣਾਉਣਾ। ਜਦੋਂ ਅਕੀਦਾ ਬਣਨਾ ਹੋਏ ਨਾ, ਉਦੋਂ ਤਰੀਕ ਨਾ ਪੜਿਆ ਕਰੋ, ਪਹਿਲਾਂ ਵੇਖਿਆ ਕਰੋ ਕੁਰਾਨ ਕੀ ਆਉਂਦਾ ਹੈ, ਫਿਰ ਵੇਖਿਆ ਕਰੋ ਹਜ਼ੂਰ ਦਾ ਫਰਮਾਨ ਕੀ ਆਉਂਦਾ ਹੈ। ਹਜ਼ੂਰ ਨੂੰ ਖੁਸ਼ ਕਰੋਗੇ? ਉਮਰ ਇਮਾਮ ਹੁਸੈਨ ਨੇ ਜ਼ਾਲਮ ਦੇ ਡਟ ਜਾਣ ਦਾ ਸਬਕ ਦਿੱਤਾ ਹੈ। ਜੇ ਮੈਂ ਆਖਿਆ ਠੀਕ ਹੈ ਤੇ ਸੁਭਾਨ ਅੱਲਾਹ ਆਖੋ। ਇਮਾਮ ਹੁਸੈਨ ਜ਼ਾਲਮ ਬਾਦਸ਼ਾਹ ਦੇ ਡਟ ਜਾਣ ਦਾ ਸਬਕ ਦਿੱਤਾ ਹੈ, ਠੀਕ ਹੈ ਨਾ? ਹੁਸੈਨ ਪਾਕ ਬੈਤ ਨਹੀਂ ਕੀਤੀ, ਹਰ ਸ਼ੈ ਕੁਰਬਾਨ ਕਰ ਛੱਡੀ। ਹੁਸੈਨ ਨੇ ਦੀਨ ਦੇ ਛੱਡੇ, ਕਿਉਂਕਿ ਹੁਸੈਨ ਬੈਤਾਂ ਦੀ ਇਮਾਦਤ ਨਹੀਂ ਕੀਤੀ, ਜ਼ਾਲਮ ਦੀ ਨਹੀਂ ਕੀਤੀ। ਬਲਕਿ ਮੈਨੂੰ ਪੁੱਛੋ ਨਾ ਕਿ ਤਿੰਨ ਵਾਰੀ ਆਖੋ ਤੇ ਮੈਂ ਖੁਸ਼ ਹਾਂ। ਯਜ਼ੀਦ ਕਾਫਰ ਹੈ, ਯਜ਼ੀਦ ਕਾਫਰ ਹੈ, ਇੰਜ ਸੀਨੇ ਚੌੜਾ ਕਰਕੇ ਬੋਲ, ਯਜ਼ੀਦ ਕਾਫਰ ਹੈ, ਯਜ਼ੀਦ ਕਾਫਰ ਹੈ, ਯਜ਼ੀਦ ਕਾਫਰ ਹੈ।
یہ دشمنی ہے اور ہمارے سمجھ آ رہی ہے؟ مولا حسین کے ڈٹ گئے، ظالم کے، کافر کے، بےمان کے، فاسق فاجر، زانی شرابی، یار بدماش کے، اچھا حسین ڈٹ جاندے سن، مولا علی کمزور سن، واہ 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 ماشاءاللہ ماشاءاللہ مولا علی ماذ اللہ سمجھاون واسطے میں تے دل بھی نہیں کردا لفظ بھنگ مولا علی کے سمانے بندے جناں مولا علی کے کمزور بندے جناں جڑا پتر حسین نے علی دا اپنا بھی مقابلہ سبحان اللہ سبحان اللہ شاہ مردان شیر یزدان قوت پروردگار لا سزا الا علی لا سزا الا علی سبحان اللہ چک لیا سبحان اللہ کتاباں چ لویا بڑا